ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੰਦਰ ਗੋਲਡੀ ਇੰਦਰ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਐਂਡ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇੰਨਾ ਸਪੋਰਟ ਕਰ ਰਹੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਐਂਡ ਥੈਂਕ ਯੂ ਉਹਨਾਂ ਦਾ ਜਿਨ੍ਹਾਂ ਨੇ ਆਲਰੇਡੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਿਨ੍ਹਾਂ ਨੇ ਨਹੀਂ ਕੀਤਾ ਪਲੀਜ਼ ਇਸ ਵੀਡੀਓ ਤੇ ਨਵੇਂ ਨੇ ਤੇ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਅੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਐਂਡ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਕਿੱਦਾਂ ਦੀਆਂ ਲੱਗਦੀਆਂ। ਤਿੰਨ ਸੂਟ ਲੈ ਕੇ ਆਈ ਹਾਂ ਜੀ, ਦੋ ਤਾਂ ਜੋਰਜੱਟ ਦੇ ਉੱਪਰ ਨੇ, ਇੱਕ ਕਾਟਨ ਰਿਓਨ ਦੇ ਉੱਪਰ ਆ, ਤਿੰਨਾਂ ਦੀ ਸਟਿਚਿੰਗ ਹੋਈ ਹੋਈ ਹੈ, ਇੱਕ ਦੇ ਨਾਲ ਦੁਪੱਟਾ ਨਹੀਂ ਹੈਗਾ। ਕਸਟਮਰ ਕੋਲੇ ਆਲਰੇਡੀ ਉਹਨਾਂ ਕੋਲੇ ਰੈੱਡ ਕਲਰ ਦਾ ਦੁਪੱਟਾ ਸੀ ਤਾਂ ਉਹਨਾਂ ਨੇ ਸਿੰਪਲ ਐਂਡ ਸੋਬਰ ਸੂਟ ਬਣਵਾਇਆ ਜਸਟ ਲੈਸਿਸ ਦੇ ਨਾਲ, ਤਾਂ ਤੁਸੀਂ ਵੀ ਉਦਾਂ ਦੀ ਸੇਮ ਕ੍ਰੀਏਸ਼ਨ ਕਰਵਾ ਸਕਦੇ ਹੋ। ਇਸ ਕਰਕੇ ਮੈਂ ਤੁਹਾਨੂੰ ਉਹ ਸੂਟ ਦਿਖਾ ਰਹੀ ਹਾਂ ਜੀ, ਵੈਸੇ ਤਾਂ ਉਹਦੇ ਉੱਤੇ ਅਸੀਂ ਕੋਈ ਵਰਕ ਨਹੀਂ ਕੀਤਾ ਹੋਇਆ, ਜਸਟ ਲੈਸਿਸ ਦੇ ਨਾਲ ਹੀ ਬਣਾਇਆ ਹੋਇਆ ਆ, ਬਟ ਫਿਰ ਵੀ ਕਈਆਂ ਨੇ ਉਵੇਂ ਦੀ ਸੇਮ ਕ੍ਰੀਏਸ਼ਨ ਕਰਵਾਉਣੀ ਹੁੰਦੀ ਆ ਤਾਂ ਤੁਸੀਂ ਸਾਡੀ ਵੀਡੀਓ ਦਿਖਾ ਕੇ ਆਪਣੇ ਟੇਲਰ ਤੋਂ ਬਣਵਾ ਸਕਦੇ ਹੋ ਐਜ਼ ਇਟ ਇਜ਼ ਜਿੱਦਾਂ ਦਾ ਅਸੀਂ ਬਣਾਇਆ ਹੋਇਆ ਆ। ਬਾਕੀ ਤੁਸੀਂ ਕੋਈ ਹੋਰ ਕ੍ਰੀਏਸ਼ਨ ਉਹਦੇ ਤੇ ਕਰਨਾ ਚਾਹੁੰਦੇ ਹੋ ਤੁਸੀਂ ਉਹ ਵੀ ਐਡ ਕਰ ਸਕਦੇ ਹੋ। ਤੇ ਬਾਕੀ ਜਿਹੜਾ ਦੂਸਰਾ ਜੋਰਜੱਟ ਦਾ ਜੀ ਤੇ ਉਹਦਾ ਰਿਓਨ ਕਾਟਨ ਦਾ, ਉਹ ਮਸ਼ੀਨ ਐਮਬਰਾਇਡਰੀ ਹੋਇਆ ਹੋਇਆ ਆ, ਉਹ ਮੈਂ ਤੁਹਾਨੂੰ ਦਿਖਾਉਂਗੀ ਕਿ ਸਿੰਪਲ ਐਂਡ ਸੋਬਰ ਜਿਹੜੇ ਗਰਮੀਆਂ ਦੇ ਵਿੱਚ ਤੁਸੀਂ ਡਿਜ਼ਾਈਨ ਪਾ ਸਕਦੇ ਹੋ ਉਹਨਾਂ ਨੂੰ ਤੁਸੀਂ ਕਿੱਦਾਂ ਡਿਜ਼ਾਈਨ ਕਰਵਾ ਸਕਦੇ ਹੋ। ਮੈਂ ਤੁਹਾਨੂੰ ਰਿਓਨ ਕਾਟਨ ਦਾ ਸੂਟ ਦਿਖਾਉਂਦੀ ਆ। ਇਹਦੇ ਨਾਲ ਜਿਹੜਾ ਦੁਪੱਟਾ ਹੈ ਜੀ, ਕੁੜਤੇ ਦਾ ਦੁਪੱਟਾ ਆ, ਇਹਦੇ ਨਾਲ ਅਸੀਂ ਦੁਪੱਟੇ ਦੀ ਹੋਰ ਕੋਈ ਕ੍ਰੀਏਸ਼ਨ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਸਾਡੇ ਤੋਂ ਫਸਟ ਟਾਈਮ ਬਣਵਾਏ ਆ ਅਤੇ ਇਸ ਕਰਕੇ ਉਹਨਾਂ ਨੂੰ ਆਪਣੀ ਫਿਟਿੰਗ ਵਗੈਰਾ ਵੀ ਚੈੱਕ ਕਰਨੀ ਸੀ, ਇਸ ਲਈ ਅਸੀਂ ਇਸ ਚੀਜ਼ 'ਤੇ ਜ਼ਿਆਦਾ ਐਕਸਪੈਂਸਿਵ ਨਹੀਂ ਲੈ ਕੇ ਗਏ ਹੈਗੇ ਕਿ ਇੱਕ ਤਾਂ ਫਿਟਿੰਗ ਚੈੱਕ ਕਰਨੀ ਹੈ। ਕਈ ਵਾਰੀ ਇੱਦਾਂ ਹੁੰਦਾ ਵੀ ਬੰਦੇ ਨੂੰ ਫਿਟਿੰਗ ਨਾ ਸੈੱਟ ਆਵੇ ਤਾਂ ਫਿਰ ਦੁਪੱਟਾ ਵੀ ਖਰਾਬ ਜਾਂਦਾ ਅਤੇ ਉਸ ਤੋਂ ਬਾਅਦ ਆਪਣੇ ਕੋਲ ਉਹੋ ਜਿਹਾ ਕਲਰ ਵੀ ਨਹੀਂ ਹੁੰਦਾ ਕਿ ਆਪਾਂ ਕਿਸੇ ਚੀਜ਼ ਨੂੰ ਦੁਬਾਰਾ ਕ੍ਰੀਏਟ ਕਰ ਸਕੀਏ। ਇਸ ਕਰਕੇ ਅਸੀਂ ਇਹਦੇ ਨਾਲ ਸਿੰਪਲ ਦੁਪੱਟਾ ਕੋਟੇ ਦਾ ਰੱਖਿਆ ਜਿਹੜਾ ਇਹਦਾ ਬੇਸ ਕਲਰ ਸੀ, ਐਂਡ ਆਹ ਦੇਖੋ ਸਿੰਪਲ ਕਾਟਨ ਦੀ ਇਹਦੇ ਉੱਤੇ ਲੈਸ ਲਗਾਈ ਹੋਈ ਹੈ, ਜਿਹੜਾ ਇਹਦੇ ਵਿੱਚ ਕਲਰ ਆ ਪੀਚ ਜਿਹਾ ਕਲਰ ਹੈ, ਡਾਰਕ ਪੀਚ ਕਲਰ ਹੈ, ਉਹ ਵਾਲਾ ਲਗਾਇਆ। ਬਾਕੀ ਤੁਸੀਂ ਕ੍ਰੀਏਸ਼ਨ ਕਰਵਾ ਸਕਦੇ ਹੋ, ਕੱਟ ਵਰਕ ਕਰਵਾ ਸਕਦੇ ਹੋ, ਕੁਛ ਵੀ ਕਰਵਾ ਸਕਦੇ ਹੋ, ਲੈਸ ਐਡ ਕਰਵਾ ਸਕਦੇ ਹੋ, ਜਿਵੇਂ ਆਪਾਂ ਨੈੱਟ ਵਗੈਰਾ ਇਸ ਐਡ ਕਰ ਦਿੰਦੇ ਤੁਸੀਂ ਉਵੇਂ ਇਹਨੂੰ ਐਡ ਕਰਕੇ ਬਣਵਾ ਸਕਦੇ ਹੋ ਦੁਪੱਟੇ ਨੂੰ। ਅਤੇ ਜਿਹੜਾ ਇਹਦਾ ਬਣਿਆ ਹੋਇਆ ਹੈ ਨੈੱਕ, ਜਸਟ ਅਸੀਂ ਨੈੱਕ ਹੀ ਬਣਾਇਆ, ਬਾਕੀ ਸਾਰਾ ਪਾਈਪਿੰਗ ਦੇ ਨਾਲ ਹੀ ਬਣਾਇਆ। ਆਹ ਦੇਖੋ ਨੈੱਕ ਦੇ ਉੱਤੇ ਨਾ ਅਸੀਂ ਬਹੁਤ ਛੋਟਾ ਜਿਹਾ ਡਿਜ਼ਾਈਨ ਬਣਾਇਆ, ਆਹ ਦੇਖੋ ਇਹਦੇ ਉੱਤੇ ਨਾ ਅਸੀਂ ਉਹ ਲਗਾ ਕੇ ਔਰਗੈਂਜ਼ਾ ਦਾ ਪੈਚ ਲਗਾ ਕੇ ਨਾ ਅਤੇ ਅਸੀਂ ਛੋਟਾ ਜਿਹਾ ਵਰਕ ਕੀਤਾ ਆ ਜਸਟ, ਅਤੇ ਆਹ ਛੋਟਾ ਛੋਟਾ ਇੱਦਾਂ ਹੈ ਨਾ ਗੁਲਾਈ ਦੇ ਵਿੱਚ ਅਸੀਂ ਇੱਦਾਂ ਕੱਟ ਵਰਕ ਦੇ ਇਹਨੂੰ ਸ਼ੇਪ ਦਿੱਤੀ ਆ। ਬਹੁਤ ਛੋਟਾ ਜਿਹਾ ਤੁਸੀਂ ਇਹਨੂੰ ਇੱਦਾਂ ਵੀ ਬਣਾ ਸਕਦੇ ਹੋ ਜਿਵੇਂ ਆਪਣਾ ਸਕਿਓਰ ਸ਼ੇਪ ਹੁੰਦਾ, ਅਸੀਂ ਗੁਲਾਈ ਦੇ ਵਿੱਚ ਦਿੱਤਾ ਆ ਕਿਉਂਕਿ ਇੱਕ ਤਾਂ ਇਹ ਛੋਟਾ ਡਿਜ਼ਾਈਨ ਸੀ, ਇੱਕ ਵੈਸੇ ਵੀ ਹੈ ਨਾ ਉਹਨਾਂ ਨੂੰ ਜਸਟ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਉਹਨਾਂ ਨੇ ਜਸਟ ਆਪਣੀ ਫਿਟਿੰਗ ਚੈੱਕ ਕਰਨੀ ਸੀ, ਇਸ ਕਰਕੇ ਅਸੀਂ ਜ਼ਿਆਦਾ ਕੁਛ ਇਹਦੇ 'ਚ ਕੀਤਾ ਨਹੀਂ। ਇਹਦੇ ਵਿੱਚ ਜਸਟ ਅਸੀਂ ਇੱਕ ਨੈੱਕ ਨੂੰ ਜਿਵੇਂ ਛੋਟਾ ਜਿਹਾ ਡਿਜ਼ਾਈਨ, ਤੁਸੀਂ ਇਹਨੂੰ ਜੋਰਜੱਟ ਦੇ ਉੱਤੇ ਜਾਂ ਪਲੇਨ ਸੂਟ ਦੇ ਉੱਪਰ ਕਿਸੇ 'ਤੇ ਵੀ ਬਣਵਾ ਸਕਦੇ ਹੋ। ਆਪਾਂ ਨੂੰ ਇਹ ਇੱਦਾਂ ਫੀਲ ਨਹੀਂ ਕਰਾਉਂਦਾ ਕਿ ਜਿਵੇਂ ਆਪਾਂ ਜਸਟ ਸ਼ੋਪ ਤੋਂ ਚੱਕ ਕੇ ਇੱਕ ਜਸਟ ਸਟਿਚਿੰਗ ਕਰਵਾ ਲਈ, ਇਹਦੇ ਨਾਲ ਥੋੜ੍ਹਾ ਜਿਹਾ ਡਿਜ਼ਾਈਨਰ ਲੁੱਕ ਆ ਜਾਂਦੀ ਆ, ਇਸ ਕਰਕੇ ਅਸੀਂ ਗਲੇ 'ਤੇ ਇਹਦੇ ਆਹ ਬਣਾਤਾ ਜੀ। ਅਤੇ ਬਾਕੀ ਇੱਧਰ ਅਸੀਂ ਪਾਈਪਿੰਗ ਲਗਾਈ ਹੋਈ ਆ, ਦੇਖੋ ਬਾਹਾਂ ਦੀ ਅਸੀਂ ਇੱਦਾਂ ਬਣਾਈਆਂ, ਇਹਦੀ ਜਿਹੜੀ ਬਾਂਹ ਬਣਾਈ ਹੈ ਨਾ ਇੱਦਾਂ ਡਿਜ਼ਾਈਨ ਕੀਤੀ ਹੋਈ ਆ, ਦੇਖੋ ਇੱਧਰੋਂ ਸ਼ੇਪ ਇੱਦਾਂ ਆਊਗੀ ਇੱਥੋਂ ਤੱਕ ਇਹ ਬਾਂਹ, ਅਤੇ ਜਦੋਂ ਇਹ ਵੀਅਰ ਕਰਨਗੇ ਨਾ ਇੱਥੋਂ ਮੈਂ ਤੁਹਾਨੂੰ ਕਰਕੇ ਦਿਖਾਉਂਦੀ ਹਾਂ। ਆਹ ਦੇਖੋ ਆਹ ਬਾਂਹ ਇੱਦਾਂ ਆਊਗੀ ਇੱਥੋਂ, ਜਸਟ ਜਿਵੇਂ ਆਪਾਂ ਅੰਬਰੇਲਾ ਕੱਟ ਨਹੀਂ ਕਹਿ ਦਿੰਦੇ ਉਵੇਂ, ਅਤੇ ਇੱਧਰੋਂ ਇਹ ਇੱਦਾਂ ਅਸੀਂ ਕੱਟ ਪਾਇਆ ਹੋਇਆ ਬਾਂਹ ਦੇ ਉੱਤੇ, ਡਿਜ਼ਾਈਨਿੰਗ ਦਿੱਤੀ ਹੋਈ ਆ ਬਾਂਹ ਨੂੰ, ਕਿਉਂਕਿ ਇਹ ਹੁੰਦਾ ਜੀ ਬਿਲਕੁਲ ਸਿੰਪਲ ਵੀ ਸੂਟ ਕੀ ਬਣਾਉਣਾ, ਥੋੜ੍ਹੀ ਬਹੁਤ ਡਿਜ਼ਾਈਨਿੰਗ ਦੇ ਵਿੱਚ ਸੋਹਣਾ ਲੱਗਦਾ। ਤੁਸੀਂ ਹੋਰ ਵੀ ਇਹਦੇ 'ਤੇ ਕ੍ਰੀਏਸ਼ਨ ਕਰਾਉਣੀ ਹੈ ਨਾ, ਇੱਥੇ ਬੋਹ ਬਣਾ ਸਕਦੇ ਹੋ, ਬੋਹ ਬਣਾ ਕੇ ਲਗਾ ਸਕਦੇ ਹੋ ਇਸੇ ਕਲਰ ਦਾ, ਬਟ ਉਹਦੇ ਨਾਲ ਟੂ ਮੱਚ ਹੋ ਜਾਣਾ ਸੀ, ਇਸ ਕਰਕੇ ਅਸੀਂ ਇੰਨੀਆਂ ਕਿ ਐਵੇਂ ਸਿੰਪਲ ਬਣਾਇਆ ਅਤੇ ਇੱਦਾਂ ਦੀਆਂ ਇਹਦੀਆਂ ਬਾਜ਼ੂ ਬਣਾਈਆਂ, ਬਹੁਤ ਸੋਹਣੀਆਂ ਲੱਗਦੀਆਂ ਜੀ। ਤੁਸੀਂ ਇਹਦੇ ਨਾਲ ਕੁੜਤੇ ਨਾਲ ਵੀ ਬਣਾ ਸਕਦੇ ਹੋ, ਜਿਵੇਂ ਆਪਾਂ ਕੁੜਤੇ ਵਗੈਰਾ ਵੈਸੇ ਹੀ ਪਾਉਣੇ, ਜਿਵੇਂ ਮੈਂ ਪਾਇਆ ਹੋਇਆ ਵਿਦਆਊਟ ਦੁਪੱਟਾ ਆਪਾਂ ਨੇ ਇੱਦਾਂ ਦੇ ਬਣਾਉਣੇ ਹੋਣ ਤਾਂ ਇਹ ਵੀ ਬਹੁਤ ਸੋਹਣੇ ਲੱਗਦੇ ਆ ਗਰਮੀਆਂ ਦੇ ਵਿੱਚ। ਅਸੀਂ ਬਾਹਾਂ ਦੀ ਕ੍ਰੀਏਸ਼ਨ ਇੱਦਾਂ ਕੀਤੀ ਆ, ਅਤੇ ਨੀਚੇ ਆ ਦੇਖੋ ਇੱਥੇ ਪਿੰਟੈਕਸ ਪਾਏ ਹੋਏ ਨੇ ਸ਼ਰਟ ਦੇ ਉੱਤੇ, ਆਹ ਦੇਖੋ ਨੀਚੇ ਇਹਦੇ 'ਤੇ ਘੇਰੇ 'ਤੇ ਅਸੀਂ ਪਿੰਟੈਕਸ ਪਾਏ ਹੋਏ ਨੇ, ਇੱਦਾਂ ਤੁਹਾਨੂੰ ਦਿਖਦੇ ਹੋਣਗੇ। ਆ ਦੇਖੋ ਅਸੀਂ 5 ਪਿੰਟੈਕਸ ਪਾਏ ਹੋਏ ਨੇ ਫਰੰਟ 'ਤੇ, ਤੁਸੀਂ ਚਾਹੋ ਤਾਂ ਪਿੰਟੈਕਸ ਇੱਧਰ ਨੂੰ ਵੀ ਪਵਾ ਸਕਦੇ ਹੋ, ਬਟ ਸਾਨੂੰ ਘੇਰੇ 'ਤੇ ਵਧੀਆ ਲੱਗਿਆ ਸੀ, ਘੇਰੇ 'ਤੇ ਇਹਨੂੰ ਇੱਦਾਂ ਡਿਜ਼ਾਈਨ ਕਰ ਦਿੱਤਾ। ਬੈਕ 'ਤੇ ਕੁਛ ਨਹੀਂ, ਬੈਕ 'ਤੇ ਤਾਂ ਸਿੰਪਲ ਆ, ਬਸ ਫਰੰਟ 'ਤੇ ਅਸੀਂ ਇੱਦਾਂ ਇਹਦੇ ਉੱਤੇ ਪਿੰਟੈਕਸ ਪਵਾ ਦਿੱਤੇ ਕਿ ਇਹ ਥੋੜ੍ਹਾ ਜਿਹਾ ਡਿਜ਼ਾਈਨਰ ਲੁੱਕ ਲੱਗੇ। ਕੁਛ ਤਾਂ ਇਹਦੀਆਂ ਬਾਹਾਂ ਡਿਜ਼ਾਈਨ ਕਰਤੀਆਂ ਜੀ, ਕੁਛ ਇਹਦਾ ਨੈੱਕ ਬਿਲਕੁਲ ਸਿੰਪਲ ਆ ਨਾ, ਬਟ ਵਰਕ ਹੋਇਆ ਹੋਇਆ, ਇਹਦੇ ਨਾਲ ਥੋੜ੍ਹਾ ਜਿਹਾ ਡਿਜ਼ਾਈਨਰ ਲੁੱਕ ਦਿੰਦਾ ਅਤੇ ਗਰਲਿਸ਼ ਲੁੱਕ ਦਿੰਦਾ। ਅਤੇ ਜਿਹੜੀ ਇਹਦੀ ਬੋਟਮ ਆ, ਇਹਦੀ ਬੋਟਮ ਦੇ ਉੱਤੇ ਅਸੀਂ ਆਹ ਡਿਜ਼ਾਈਨ ਪਾਇਆ ਹੋਇਆ, ਆਹ ਦੇਖੋ ਇੱਦਾਂ।
आ पोडली बटन असी एदा पिछे लाए हुए आ ते इहदी जिहड़ी सलवार दे उपर कीता होया ना सलवार दे उपर असी जस्ट दो सीना मारियां हुईयां देखो तुहानू दिखदियां होणगीआं जदों आपां इदा इदा जिहा कर दिंदे ना जिहड़ियां अपने विच पहुंचे दे विच सीना हुंदीआं ने उहदे नाल थोड़ी जिही जिहड़ी लुक आ इहदी चेंज हो जांदी आ फिर ऐ जे लगदा वी पहुंचे वी बणाए हुए ते इहनूं वी इहदे नाल स्ट्रेट जी लुक आउंदी आ वी जिवें स्ट्रेट सलवार आ ते आ देखो बैक पोडली बटन इदा बैक ते लगवा के सलवार दे बहुत सोहणी लगू इदा ही तुसीं प्लाजो ते वी लगवा सकदे हो बट असी सलवार ते लगाए आ जे तुसीं इदां दी सेम डिजाइनिंग लैना चाहुंदे हो तुसीं जरूरी नहीं कि असी बनाया तुसीं साडे तों ही डिजाइनिंग लैनी आ तुसीं अपने टेलर तों वी इदां सेम डिजाइनिंग देख के बनवा सकदे हो बाकी जिहड़ा नैक आ असीं तुहानूं ऑन ऑर्डर ते बना के दे दांगे डिजाइन तुहाडा अपना भी हो सकदा तुसीं सेम करवाउणा चाहुंदे हो सेम भी करवा सकदे हो बाकी प्रिंट तुसीं साडे कोलों हुण व्हाट्सएप ते साडे कोले काफ़ी प्रिंट मैं शेयर कर दिंदी हुंदी आ तुसीं उत्थों जाके पिक करके सेम डिजाइनिंग दा सूट इदां ही बनवा सकदे हो। सूट है जी नैक्सट हैगा जॉर्जेट दे उपर ये टाइगर प्रिंट की तरह जॉर्जेट आ जिहड़ा उपरला आ टाइगर प्रिंट आ नीचे वाला जिहड़ा आ प्लेन आ ते इहदे विच ना असीं क्रीम कलर की इस करके मीनस पाइपिंग कढ़ी आ तुसीं सोच रहे होंगे भी ब्लैक भी निकल सकती सी एक तां ब्लैक जी प्रोमीनेंट नहीं हो सकती सी कि है ना किसी चीज़ की जिहड़ी दिख हुंदी आ किसी चीज़ की जिहड़ी लुक हुंदी आ ਉਹ ਉਨੀ ਜ਼ਿਆਦਾ ਵਧੀਆ ਨਹੀਂ ਸੀ ਆਉਣੀ ਬਲੈਕ ਇਹਦੇ ਵਿੱਚ ਹੀ ਰਚ ਜਾਣੀ ਸੀ ਬਿਕੋਜ਼ ਆਲਰੇਡੀ ਇਹਦੇ ਵਿੱਚ ਬਲੈਕ ਹੈਗਾ ਇਸ ਕਰਕੇ ਅਸੀਂ ਕਰੀਮ ਸ਼ੇਡ ਲਗਾਇਆ ਅਤੇ ਜੇ ਅਸੀਂ ਇਹਨੂੰ ਕ੍ਰੀਏਸ਼ਨ ਕਰਨ ਵਾਸਤੇ ਇਹਦੇ 'ਤੇ ਬਲੈਕ ਕਲਰ ਦਾ ਵਰਕ ਕਰਦੇ ਨਾ ਤਾਂ ਬਿਲਕੁਲ ਵੀ ਨਹੀਂ ਸੀ ਦਿਖਣਾ ਤਾਂ ਅਸੀਂ ਇਹਦੇ 'ਤੇ ਕਰੀਮ ਕਲਰ ਦਾ ਪਾਇਆ ਦੇਖੋ ਕਰੀਮ ਦੇ ਨਾਲ ਨਾ ਅਸੀਂ ਇੱਦਾਂ ਆਹ ਬਣਾਈ ਹੋਈ ਆ ਵੇਲ ਇੱਥੇ ਅਤੇ ਇਹਦੇ ਨਾਲ ਇਹ ਵੇਲ ਬਣਾ ਕੇ ਨਾ ਦੇਖੋ ਥੋੜ੍ਹਾ ਜਿਹਾ ਤਿੱਲਾ ਵੀ ਯੂਜ਼ ਕੀਤਾ ਹੋਇਆ ਵਿੱਚ ਆਹ ਵਾਲੀ ਚੀਜ਼ ਤਿੱਲੇ ਦੇ ਨਾਲ ਬਣੀ ਹੋਈ ਆ ਬਾਕੀ ਕਰੀਮ ਸ਼ੇਡ ਦੇ ਨਾਲ ਬਣੀ ਹੋਈ ਆ ਬਾਹਾਂ ਦੇ ਉੱਤੇ ਤਾਂ ਅਸੀਂ ਇੱਦਾਂ ਡਿਜ਼ਾਈਨ ਕਰ ਦਿੱਤਾ ਕੱਟ ਨਹੀਂ ਪਾਇਆ ਜੀ ਕੱਟ ਕਈ ਵਾਰੀ ਇੱਦਾਂ ਹੁੰਦਾ ਕਸਟਮਰ ਨੂੰ ਲਾਈਕ ਵੀ ਨਹੀਂ ਹੁੰਦਾ ਅਤੇ ਦੂਸਰੀ ਗੱਲ ਇਹ ਹੁੰਦੀ ਵੀ ਮੋੜਨ ਜੇ ਲੱਗ ਜਾਂਦਾ ਇਸ ਕਰਕੇ ਇਹਦੇ ਨਾਲ ਅਸੀਂ ਕੱਟ ਨਹੀਂ ਪਾਇਆ ਹੋਇਆ ਬਾਹਾਂ 'ਤੇ ਕਿਉਂਕਿ ਬਾਹਾਂ ਜਦੋਂ ਆਪਣੇ ਇੱਥੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਕੌਣੀਆਂ ਦੇ ਇੱਥੇ ਜਿਹੜੀਆਂ ਕੂਹਣੀਆਂ ਹੁੰਦੀਆਂ ਅਤੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਮੋੜਨਾ ਸਟਾਰਟ ਹੋ ਜਾਂਦਾ ਇਸ ਕਰਕੇ ਅਸੀਂ ਇਹਨੂੰ ਇੱਦਾਂ ਹੀ ਰੱਖਿਆ ਆ ਇਹ ਬਾਹਾਂ 'ਤੇ ਸਿਰਫ ਡਿਜ਼ਾਈਨ ਆ ਅਤੇ ਕੋਰਨਰ 'ਤੇ ਆਹ ਦੇਖੋ ਅਸੀਂ ਇੱਕ ਛੋਟਾ ਜਿਹਾ ਫਲਾਰ ਪਾਇਆ ਹੋਇਆ ਬਿਲਕੁਲ ਛੋਟਾ ਜਿਹਾ ਬਿਲਕੁਲ ਕੋਰਨਰ ਦੇ ਉੱਤੇ ਜਸਟ ਇਹਨੂੰ ਇੱਕ ਡਿਜ਼ਾਈਨ ਦੇਣ ਵਾਸਤੇ ਕਿ ਇਹ ਇੱਦਾਂ ਖਾਲੀ ਖਾਲੀ ਨਾ ਲੱਗੇ ਕਿ ਕਮੀਜ਼ ਦੇ ਉੱਤੇ ਸਿਰਫ ਬਾਹਾਂ ਦੇ ਉੱਤੇ ਹੀ ਹੋਇਆ ਹੋਇਆ ਪਾਉਣ ਨੂੰ ਤਾਂ ਅਸੀਂ ਆਹ ਵੀ ਪਾ ਸਕਦੇ ਸੀ ਵੇਲ ਘੇਰੇ 'ਤੇ ਫਰੰਟ ਬੈਕ 'ਤੇ ਪਰ ਨਹੀਂ ਫਿਰ ਜ਼ਿਆਦਾ ਹੈਵੀ ਵੀ ਹੋ ਜਾਣਾ ਸੀ ਅਤੇ ਬਾਕੀ ਜਿਹੜੀ ਲੁੱਕ ਆ ਨਾ ਸਿੰਪਲ ਜੀ ਨਹੀਂ ਸੀ ਰਹਿਣੀ ਇਸ ਕਰਕੇ ਜੀ ਆ ਕਰੀਮ ਇਹ ਵੀ ਲਾਉਣ ਦਾ ਰੀਜ਼ਨ ਇਹ ਹੈ ਕਿ ਆਲਰੇਡੀ ਅਸੀਂ ਵਰਕ ਜਿਹੜਾ ਕਰਵਾਇਆ ਹੋਇਆ ਸੀ ਕਰੀਮ ਕਲਰ ਦਾ ਕਰਵਾਇਆ ਸੀ ਅਤੇ ਅਸੀਂ ਇਹਦੇ 'ਚ ਪਾਈਪਿੰਗ ਕੱਢ ਕੇ ਅਤੇ ਇੱਦਾਂ ਕਰੀਮ ਕਲਰ ਦੇ ਪੋਟਲੀ ਬਟਨਸ ਲਗਾ ਦਿੱਤੇ ਅਤੇ ਜਿਹੜੀ ਇਹਦੀ ਬੋਟਮ ਬਣਾਈ ਹੋਈ ਆ ਆਹ ਦੇਖੋ ਬੋਟਮ ਦੇ ਨੀਚੇ ਅਸੀਂ ਵਰਕ ਕੀਤਾ ਹੋਇਆ ਬੋਟਮ ਅਸੀਂ ਬਲੈਕ ਕਲਰ ਦੀ ਯੂਜ਼ ਕੀਤੀ ਹੋਈ ਹੈ ਇਹਦੇ ਨਾਲ ਤੁਸੀਂ ਆਹ ਵੀ ਸ਼ੇਡ ਕਰ ਸਕਦੇ ਹੋ ਬਟ ਸਾਨੂੰ ਜ਼ਿਆਦਾ ਵਧੀਆ ਬਲੈਕ ਲੱਗਿਆ ਇਸ ਕਰਕੇ ਅਸੀਂ ਬਲੈਕ ਯੂਜ਼ ਕੀਤੀ ਆ ਆਹ ਦੇਖੋ ਜੀ ਇਹਦੀ ਬੋਟਮ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਆ ਤੁਸੀਂ ਓਵਰਆਲ ਸੂਟ ਵੀ ਇੱਦਾਂ ਬਣਾ ਸਕਦੇ ਹੋ ਜਿਵੇਂ ਬਲੈਕ ਦੇ ਉੱਤੇ ਨਾ ਕਰੀਮ ਕਲਰ ਦਾ ਜਿਵੇਂ ਅਸੀਂ ਇਹ ਪਾਇਆ ਹੋਇਆ ਅਸੀਂ ਬਾਜੂ 'ਤੇ ਸਿਰਫ ਬਣਾਇਆ ਤੁਸੀਂ ਫਰੰਟ ਬੈਕ ਘੇਰੇ 'ਤੇ ਬਣਵਾ ਸਕਦੇ ਹੋ ਬਾਜੂ 'ਤੇ ਵੀ ਇੱਦਾਂ ਅਤੇ ਸਲਵਾਰ ਨੂੰ ਇੱਦਾਂ ਬਣਾ ਸਕਦੇ ਹੋ ਇਹਦੀ ਸਲਵਾਰ 'ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਆਹ ਦੇਖੋ ਇੱਦਾਂ ਫਰੰਟ ਫਰੰਟ 'ਤੇ ਸਾਰੀ ਆਈ ਹੋਈ ਆ ਨਾ ਇਹ ਜ਼ਿਆਦਾ ਅਸੀਂ ਸਟਰੇਟ ਦੇ ਵਾਂਗੂ ਰੱਖੀ ਹੈ ਜੀ ਵੀ ਮੀਨਜ਼ ਨੀਚੋਂ ਮੁੜਨ ਲੱਗ ਜਾਏ ਕਿ ਬਿਲਕੁਲ ਹੀ ਸਟਰੇਟ ਹੋ ਜਾਏ ਅਸੀਂ ਇਹਦੇ ਵਿੱਚ ਬੁਕਰਮ ਪਾਈ ਹੋਈ ਆ ਇਸ ਪੌਂਚਿਆਂ ਦੇ ਵਿੱਚ ਬੁਕਰਮ ਪਾ ਕੇ ਅਸੀਂ ਜਸਟ ਸੀਨਾ ਦੋ ਲਾਈਆਂ ਹੋਈਆਂ ਨੇ ਬਸ ਇੱਥੇ ਕਿ ਇਹ ਸਟਰੇਟ ਲੁੱਕ ਦੇਵੇ ਹੈ ਨਾ ਬਾਹਲੀ ਇੱਦਾਂ ਵੀ ਨਾ ਲੱਗੇ ਕਿ ਥੋੜ੍ਹੀ ਜਿਹੀ ਆਪਣੇ ਪੌਂਚਿਆਂ 'ਤੇ ਪੈਰਾਂ 'ਤੇ ਖੜ੍ਹ ਜੇ ਉੱਪਰ ਆਪਣੇ ਪਿੱਛੇ ਐਂਕਲ 'ਤੇ ਅਤੇ ਆਹ ਛੋਟੇ ਛੋਟੇ ਅਸੀਂ ਫਲਾਰ ਪਾ ਦਿੱਤੇ ਇੱਥੇ ਆਹ ਛੋਟੇ ਛੋਟੇ ਅਸੀਂ ਇਹਦੇ 'ਚ ਵੀ ਪਾ ਸਕਦੇ ਸੀ ਬਟ ਅਸੀਂ ਸਾਰੀਆਂ ਚੀਜ਼ਾਂ ਨੂੰ ਸਕਿੱਪ ਕਰਕੇ ਅਸੀਂ ਸਿੰਪਲ ਅਤੇ ਸੋਬਰ ਅਤੇ ਬਾਕੀ ਗਰਲਿਸ਼ ਲੁੱਕ ਦੇਣ ਦੀ ਟਰਾਈ ਕੀਤੀ ਆ ਤੁਸੀਂ ਵੀ ਇੱਦਾਂ ਸੇਮ ਬਣਵਾ ਸਕਦੇ ਹੋ ਜੀ ਸੇਮ ਇੱਦਾਂ ਬੋਟਮ ਕਰਵਾ ਸਕਦੇ ਹੋ ਜੇ ਤੁਸੀਂ ਇੱਦਾਂ ਦਾ ਬਲੈਕ ਓਵਰਆਲ ਬਣਾਉਣਾ ਚਾਹੁੰਦੇ ਹੋ ਬਾਕੀ ਕਿਸੇ ਵੀ ਕਲਰ 'ਤੇ ਬਣਾ ਸਕਦੇ ਹੋ ਅਸੀਂ ਤਾਂ ਜਿਵੇਂ ਟਾਈਗਰ ਪ੍ਰਿੰਟ ਇਹਦੀ ਸ਼ਰਟ ਲਈ ਆ ਪਲੇਨ ਬੋਟਮ ਲਈ ਆ ਤੁਸੀਂ ਓਵਰਆਲ ਬਣਾ ਸਕਦੇ ਹੋ ਇਹਨੂੰ ਓਵਰਆਲ ਕਰ ਸਕਦੇ ਹੋ ਆਹ ਚੀਜ਼ ਬਲੈਕ ਦੇ ਉੱਤੇ ਬਹੁਤ ਸੋਹਣੀ ਲੱਗੂਗੀ ਜੇ ਸ਼ਰਟ ਦੇ ਉੱਤੇ ਵੀ ਹੋਈ ਹੋਵੇ ਜਿਵੇਂ ਘੇਰੇ 'ਤੇ ਫਰੰਟ ਬੈਕ 'ਤੇ ਅਤੇ ਆਹ ਛੋਟੇ ਛੋਟੇ ਫਲਾਰ ਸਾਰੀ ਸ਼ਰਟ 'ਚ ਪਵਾ ਸਕਦੇ ਹੋ ਅਤੇ ਬਾਹਾਂ 'ਤੇ ਇੱਦਾਂ ਅਤੇ ਜਿਹੜਾ ਇਹਦਾ ਦੁਪੱਟਾ ਬਣਾਇਆ ਸੀ ਦੁਪੱਟਾ ਇਹਦਾ ਬਲੈਕ ਕੀਤਾ ਹੋਇਆ ਬਲੈਕ ਇਸ ਕਰਕੇ ਕੀਤਾ ਹੋਇਆ ਜੇ ਅਸੀਂ ਇਸ ਕਲਰ ਦਾ ਕਰਦੇ ਤਾਂ ਉਹਦੇ ਨਾਲ ਜੇ ਮਿਲ ਜਾਣਾ ਸੀਗਾ ਸ਼ਰਟ ਦੇ ਨਾਲ ਕਿਉਂਕਿ ਸ਼ਰਟ ਮੇਨ ਹੁੰਦੀ ਹੈ ਅਤੇ ਦੁਪੱਟਾ ਵੀ ਆਪਣਾ ਜਦੋਂ ਉੱਪਰ ਆਪਾਂ ਲੈਂਦੇ ਹਾਂ ਤਾਂ ਇਹ ਵੀ ਇੱਕ ਮੇਨ ਹੁੰਦਾ ਕਿ ਉਹ ਕਿੱਦਾਂ ਦੀ ਲੁੱਕ ਦਿੰਦਾ ਆਪਾਂ ਨੂੰ ਅਤੇ ਇਹਦੇ ਨਾਲ ਅਸੀਂ ਆਹ ਦੇਖੋ ਕਰੀਮ ਕਲਰ ਦੀ ਇੱਦਾਂ ਦੀ ਲੈਸ ਲਾਈ ਹੋਈ ਆ ਇਹ ਵੀ ਕੋਟਨ ਦੀ ਲਗਾਈ ਹੋਈ ਹੈ ਜੀ ਕੋਟਨ ਦੀ ਰੀਜ਼ਨ ਇਹੀ ਆ ਕਿ ਇਹ ਸਾਰਾ ਕੁਝ ਉਹਦੇ ਨਾਲ ਹੋਇਆ ਹੋਇਆ ਮਸ਼ੀਨ ਨਾਲ ਅਤੇ ਇਹਦੇ ਉੱਤੇ ਜ਼ਰੀ ਵਗੈਰਾ ਗੁੱਡ ਨਹੀਂ ਸੀ ਲੱਗਣੀ ਇਸ ਕਰਕੇ ਆ ਦੇਖੋ ਅਸੀਂ ਕੋਟਨ ਦੀ ਲੈਸ ਲਗਾਈ ਹੋਈ ਹੈ ਇਹਦੇ ਚਾਰੋਂ ਤਰਫ ਅਤੇ ਔਰਗੈਂਜ਼ਾ ਦਾ ਦੁਪੱਟਾ ਤੁਸੀਂ ਦੁਪੱਟਾ ਆਪਣੀ ਚੁਆਇਸ ਦਾ ਕਰਵਾ ਸਕਦੇ ਹੋ ਨੋ ਇਸ਼ੂ ਕਿ ਅਸੀਂ ਔਰਗੈਂਜ਼ਾ ਲਗਾਇਆ ਤੁਸੀਂ ਕੋਟਾ ਵਗੈਰਾ ਜਾਂ ਕੁਛ ਵੀ ਲੈ ਸਕਦੇ ਹੋ ਤਾਂ ਪਲੀਜ਼ ਇਹ ਸਾਰੀਆਂ ਚੀਜ਼ਾਂ ਅਸੀਂ ਔਨ ਆਰਡਰ 'ਤੇ ਬਣਾ ਕੇ ਦੇਵਾਂਗੇ ਤੁਸੀਂ ਇਕੱਲਾ ਵਰਕ ਵੀ ਕਰਵਾ ਸਕਦੇ ਹੋ ਇੱਦਾਂ ਨਹੀਂ ਹੈਗਾ ਵੀ ਸਟਿਚਿੰਗ ਤੁਸੀਂ ਸਾਡੇ ਤੋਂ ਹੀ ਲੈਣੀ ਆ ਸਟਿਚਿੰਗ ਤੁਸੀਂ ਆਪਣੇ ਟੇਲਰ ਤੋਂ ਵੀ ਲੈ ਸਕਦੇ ਹੋ ਅਸੀਂ ਤੁਹਾਨੂੰ ਇਹੋ ਜਿਹਾ ਵਰਕ ਕਰਕੇ ਦੇ ਦਾਂਗੇ ਨੈਕਸਟ ਹੈਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਬਹੁਤ ਜ਼ਿਆਦਾ ਸਿੰਪਲ ਆ
ਤੇ ਇਹਦੇ ਨਾਲ ਪਲਾਜ਼ੋ ਬਣਵਾਇਆ ਹੋਇਆ ਬਿਲਕੁਲ ਪਲੇਨ ਆ ਇਹਦੇ ਤੇ ਅਸੀਂ ਕੋਈ ਕ੍ਰੀਏਸ਼ਨ ਨਹੀਂ ਕੀਤੀ ਕਿਉਂਕਿ ਆਲਰੇਡੀ ਲੈਸਸ ਦੇ ਨਾਲ ਬਣਿਆ ਹੋਇਆ ਤੇ ਉਹਨਾਂ ਨੇ ਇਹ ਹਨਾ ਉਹਨਾਂ ਕੋਲ ਇਹੋ ਜਿਹਾ ਦੁਪੱਟਾ ਸੀਗਾ ਤੇ ਅਸੀਂ ਇਹੋ ਜੀ ਲੈਸ ਵੀ ਸ਼ੇਪ ਦੇ ਵਿੱਚ ਯੂਜ਼ ਕਰਕੇ ਇਹਨੂੰ ਬਣਾ ਦਿੱਤਾ ਆ ਦੇਖੋ ਘੇਰੇ ਦੇ ਉੱਤੇ ਅਸੀਂ ਲੈਸ ਲਗਾਈ ਹੋਈ ਆ ਨੈਕ ਤੇ ਲਗਾਈ ਆ ਤੇ ਇਧਰ ਬਾਜੂ ਤੇ ਲਗਾਈ ਆ ਤੇ ਬਾਕੀ ਉਹੀ ਅਸੀਂ ਪਾਈਪਿੰਗ ਕੱਢ ਦਿੱਤੀ ਬਹੁਤ ਸਿੰਪਲ ਸੂਟ ਹੈ ਜੀ ਤੁਸੀਂ ਨਾ ਇਹੋ ਜੀਆਂ ਚੀਜ਼ਾਂ ਗਰਮੀਆਂ ਦੇ ਵਿੱਚ ਪਾਉਣ ਲਈ ਜਿਵੇਂ ਅਸੀਂ ਤਾਂ ਘੇਰੇ ਤੇ ਲਗਾਈ ਆ ਤੁਸੀਂ ਇਧਰੋਂ ਸਾਈਡ ਤੋਂ ਵੀ ਇਹਨੂੰ ਲੈ ਸਕਦੇ ਹੋ ਜਿਵੇਂ ਆ ਵੀ ਸ਼ੇਪ ਦਾ ਨੈਕ ਬਣ ਗਿਆ ਇਸ ਤੋਂ ਬਾਅਦ ਇਹ ਤਾਂ ਬਿਲਕੁਲ ਇੱਥੋਂ ਤੱਕ ਆਇਆ ਹਨਾ ਬਿਲਕੁਲ ਇਹਨਾਂ ਦੇ ਐਵੇਂ ਆਇਆ ਜੇ ਆਪਾਂ ਇਹਨੂੰ ਥੋੜਾ ਜਿਹਾ ਪਾਕਿਸਤਾਨੀ ਸਟਾਈਲ ਕਰਾਂਗੇ ਤਾਂ ਥੋੜਾ ਜਿਹਾ ਇਧਰ ਨੀਚੋ ਤੱਕ ਵੀ ਜਾ ਸਕਦੀ ਉਹ ਲੈਸ ਇਧਰ ਨੀਚੇ ਆ ਸਕਦੀ ਆ ਜਿਵੇਂ ਆਪਾਂ ਪੈਨਲ ਟਾਈਪ ਕਹਿੰਦੇ ਆ ਤੇ ਆ ਬਾਹਾਂ ਤੇ ਵੀ ਇਦਾਂ ਸੇਮ ਹੀ ਲੱਗ ਸਕਦੀ ਇਹਨੂੰ ਤੁਸੀਂ ਅੰਬ੍ਰੇਲਾ ਕੱਟ ਬਣਾ ਸਕਦੇ ਹੋ ਜੇ ਤੁਸੀਂ ਪਾਕਿਸਤਾਨੀ ਸਟਾਈਲ ਬਣਾਉਣਾ ਇਹ ਅੰਬ੍ਰੇਲਾ ਕੱਟ ਬਣ ਸਕਦੇ ਆ ਪਲੇਨ ਦੇ ਉੱਤੇ ਇਦਾਂ ਦੀਆਂ ਬਹੁਤ ਡਿਜ਼ਾਈਨਿੰਗਸ ਹੋ ਜਾਂਦੀਆਂ ਜੀ ਜਿਵੇਂ ਅੱਜ ਕੱਲ ਨਾ ਰਿਓਨ ਕਾਟਨ ਦੇ ਉੱਤੇ ਕੁੜਤੇ ਚੱਲੇ ਨੇ ਜਿਵੇਂ ਆਪਾਂ ਉਹਨੂੰ ਜਸਟ ਬਿਨਾਂ ਦੁਪੱਟੇ ਤੋਂ ਬਣਾਉਣਾ ਹੋਵੇ ਨਾ ਉਹ ਅੰਬ੍ਰੇਲਾ ਕੱਟ ਫਰੋਕਸ ਦੇ ਟਾਈਪ ਵੀ ਬਣ ਜਾਂਦਾ ਆ ਅੰਬ੍ਰੇਲਾ ਕੱਟ ਉਹਦੀਆਂ ਬਾਜ਼ੂ ਬਣ ਜਾਂਦੀਆਂ ਅਸੀਂ ਉਹਨਾਂ ਨੂੰ ਰੈਡੀ ਕਰ ਰਹੇ ਹਾਂ ਜਦੋਂ ਰੈਡੀ ਹੁੰਦੇ ਅਸੀਂ ਤੁਹਾਨੂੰ ਲੈਸਸ ਦੇ ਨਾਲ ਜ਼ਰੂਰ ਦਿਖਾਵਾਂਗੇ ਕਿਸੇ ਨਾਲ ਛੋਟੀ ਲੈਸ ਅਸੀਂ ਯੂਜ਼ ਕਰ ਲਈ ਕਿਸੇ ਨਾਲ ਵੱਡੀ ਲੈਸ ਯੂਜ਼ ਕਰ ਲਈ ਕਿਸੇ ਨਾਲ ਨੀਚੇ ਜਿਵੇਂ ਲਟਕਣ ਟਾਈਪ ਲੈਸ ਹੁੰਦੀ ਉਵੇਂ ਉਹ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਤੇ ਅੱਜ ਕੱਲ੍ਹ ਨਾ ਟ੍ਰੈਂਡਿੰਗ 'ਚ ਵੀ ਬਹੁਤ ਆ ਜਿਵੇਂ ਕੁੜੀਆਂ ਨੂੰ ਇੱਦਾਂ ਹੁੰਦਾ ਕਿ ਗਰਲਿਸ਼ ਲੁੱਕ ਆਪਾਂ ਲੈਣੀ ਆ ਤੇ ਜਸਟ ਇੰਨਾ ਕੁ ਹੋਵੇ ਕਿ ਆਪਾਂ ਬਿਨਾਂ ਦੁਪੱਟੇ ਤੋਂ ਕੋਈ ਲੈਣਾ ਹੋਵੇ ਤੇ ਬੌਟਮ ਇੱਕ ਹੀ ਹੋਵੇ ਕੁੜਤੇ 4-5 ਹੋਣ ਅਸੀਂ ਉਵੇਂ ਦੀ ਕੋਈ ਚੀਜ਼ ਟਰਾਈ ਕਰ ਰਹੇ ਹਾਂ ਤਾਂ ਜਦੋਂ ਵੀ ਉਹ ਬਣੂਗਾ ਮੈਂ ਜ਼ਰੂਰ ਲੈ ਕੇ ਆਊਂਗੀ ਜੇ ਇੱਕ ਇਹ ਸਿੰਪਲ ਆ ਤੁਸੀਂ ਇਹਨੂੰ ਕੋਈ ਵੀ ਆਪਣਾ ਸੂਟ ਲੈ ਕੇ ਇੱਦਾਂ ਐਵੇਂ ਦੀ ਲੈਸ ਲੈ ਕੇ ਐਵੇਂ ਡਿਜ਼ਾਈਨ ਕਰੋ ਜਿਹੜੇ ਮੈਂ ਤੁਹਾਨੂੰ ਅੱਜ ਸ਼ੋਅ ਕੀਤੇ ਆ ਇੱਕ ਤਾਂ ਬਿਲਕੁਲ ਹੀ ਸਿੰਪਲ ਸੀ ਜਸਟ ਉਹਦੀ ਫਰੰਟ ਬੈਕ ਤੇ ਲੈਸਸ ਲਗਾਈਆਂ ਹੋਈਆਂ ਤੇ ਬਾਜੂ ਤੇ ਲਗਾਈਆਂ ਹੋਈਆਂ ਤੁਸੀਂ ਵੀ ਇਦਾਂ ਸੇਮ ਬਣਾ ਸਕਦੇ ਹੋ ਦੁਪੱਟੇ ਦੇ ਉੱਪਰ ਇਦਾਂ ਲੈਸਸ ਲਗਵਾ ਕੇ ਹਨਾ ਬਹੁਤ ਸੋਹਣੀ ਚੀਜ਼ ਲੱਗਦੀ ਹੈ ਸਿੰਪਲ ਵੀ ਹੈ ਸੋਬਰ ਵੀ ਹੈ ਬਾਕੀ ਗਰਮੀਆਂ ਦੇ ਵਿੱਚ ਆਪਣੇ ਤੋਂ ਪਾਈ ਜਾਂਦੀ ਹੈ ਇਦਾਂ ਦੀ ਚੀਜ਼ ਜਿਹੜੇ ਦੂਸਰੇ ਦੋ ਸੂਟਸ ਨੇ ਜੀ ਸੇਮ ਪ੍ਰਿੰਟ ਤਾਂ ਅਸੀਂ ਨਹੀਂ ਕਹਿ ਸਕਦੇ ਕਿ ਸੇਮ ਪ੍ਰਿੰਟ ਆਪਾਂ ਨੂੰ ਅਵੇਲੇਬਲ ਹੋ ਜਾਊਗਾ ਕਈ ਵਾਰੀ ਹੋ ਵੀ ਜਾਂਦਾ ਇਹੋ ਜੀ ਕੋਈ ਨਹੀਂ ਕਿ ਕਈ ਵਾਰੀ ਮਿਲ ਵੀ ਜਾਂਦਾ ਆ ਬਟ ਤੁਸੀਂ ਆਪਣੇ ਪ੍ਰਿੰਟ ਆਪਣੇ ਚੁਆਇਸ ਦੇ ਨਾਲ ਦੇਖ ਸਕਦੇ ਹੋ ਤੁਸੀਂ ਸਾਡੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਉੱਥੇ ਮੈਂ ਤੁਹਾਨੂੰ ਪਰਸਨਲੀ ਸਾਰੇ ਪ੍ਰਿੰਟ ਭੇਜ ਦੂੰਗੀ ਤੁਸੀਂ ਜੇ ਇਦਾਂ ਦੀ ਸੇਮ ਕ੍ਰੀਏਸ਼ਨ ਕਰਵਾਉਣਾ ਚਾਹੁੰਦੇ ਹੋ ਬਾਕੀ ਸਟਿਚਿੰਗ ਤੁਸੀਂ ਆਪਣੇ ਟੇਲਰ ਤੋਂ ਵੀ ਲੈ ਸਕਦੇ ਹੋ ਜੀ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਤੁਹਾਨੂੰ ਸਟਿਚ ਕਰਕੇ ਦਈਏ ਤੁਸੀਂ ਸਾਡੀ ਡਿਜ਼ਾਈਨਿੰਗ ਦੇਖ ਸਕਦੇ ਹੋ ਉਵੇਂ ਦੀ ਸੇਮ ਡਿਜ਼ਾਈਨਿੰਗ ਸਾਡੀ ਵੀਡੀਓ ਦਿਖਾ ਕੇ ਤੁਸੀਂ ਆਪਣੇ ਟੇਲਰ ਤੋਂ ਬਣਵਾ ਸਕਦੇ ਹੋ ਤੇ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਜੇ ਤੁਸੀਂ ਸਾਡੇ ਤੋਂ ਬਣਵਾਉਣਾ ਚਾਹੁੰਦੇ ਹੋ ਤਾਂ ਅਸੀਂ ਵੀ ਬਣਾ ਕੇ ਦੇ ਸਕਦੇ ਹਾਂ ਬਾਕੀ ਮੈਂ ਉਮੀਦ ਕਰਦੀ ਹਾਂ ਜੀ ਤੁਹਾਨੂੰ ਇਹ ਤਿੰਨੋਂ ਸੂਟ ਵਧੀਆ ਲੱਗੇ ਹੋਣਗੇ ਪਲੀਜ਼ ਵਧੀਆ ਲੱਗੇ ਤਾਂ ਅੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਦਿਆ ਕਰੋ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਕਿੱਦਾਂ ਦੀਆਂ ਲੱਗਦੀਆਂ ਨੇ ਸਤਿ ਸ਼੍ਰੀ ਅਕਾਲ